ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਦੇ ਧਰਮ ਦਾ ਦੂਜਾ ਸਿਧਾਂਤ ਹੈ ਸੱਚੀ ਸੁੱਚੀ ਦਸਾਂ ਨੋਹਾਂ ਦੀ ਕਿਰਤ ਕਰਨੀ। ਇੱਕ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਤੋਂ ਬਾਅਦ ਹਰ ਗੁਰਸਿੱਖ ਨੂੰ ਇਮਾਨਦਾਰੀ ਦੇ ਨਾਲ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣੀ ਚਾਹੀਦੀ ਹੈ। ਇਸ ਨਾਲ ਉਸ ਨੂੰ ਜਿਸ ਆਨੰਦ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਇਹੀ ਰੱਬ ਦੀ ਪ੍ਰਾਪਤੀ ਦਾ ਦੂਜਾ ਨਾਮ ਹੈ, ਕਿਉਂਕਿ ਇਹੋ ਜਿਹੀ ਕਿਰਤ ਤੋਂ ਰੱਬ ਖੁਸ਼ ਹੁੰਦਾ ਹੈ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਰੀ ਧਰਮ ਕਮਾਇਆ। ਆਤਮਿਕ ਮੁਕਤੀ ਦੀ ਪ੍ਰਾਪਤੀ ਦੇ ਲਈ ਨਾਮ ਜਪਣ ਦੇ ਨਾਲ ਸੱਚੀ ਕਿਰਤ ਕਰਕੇ ਗ੍ਰਸਤ ਦੇ ਫਰਜ਼ ਨਿਭਾਉਣੇ ਚਾਹੀਦੇ ਹਨ। ਗੁਰੂ ਜੀ ਦੇ ਅਨੁਸਾਰ ਜੋ ਮਨੁੱਖ ਗ੍ਰਸਤੀ ਜੀਵਨ ਵਿੱਚ ਸੱਚੀ ਕਿਰਤ ਕਰਦਾ ਹੈ, ਉਹ ਨਾਮ ਜਪਣ ਦੇ ਬਰਾਬਰ ਹੁੰਦਾ ਹੈ। ਰੱਬ ਉਹਨਾਂ ਦਾ ਨਹੀਂ ਜੋ ਲੁੱਟ ਖਸੋਟ ਝੂਠ ਫਰੇਬ ਦੇ ਨਾਲ ਲੋਕਾਂ ਦਾ ਖੂਨ ਚੂਸ ਕੇ ਤਨ ਇਕੱਠਾ ਕਰਦੇ ਹਨ। ਰੱਬ ਤਾਂ ਉਹਨਾਂ ਦਾ ਹੈ ਜੋ ਆਪਣੀ ਸੱਚੀ ਸੁੱਚੀ ਕਮਾਈ ਕਰਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪ ਦੁਕਾਨਦਾਰੀ ਅਤੇ ਖੇਤੀਬਾੜੀ ਦਾ ਕਿੱਤਾ ਕਰਕੇ ਕਿਰਤ ਕਰਨ ਦਾ ਉਪਦੇਸ਼ ਦਿੱਤਾ। ਕਿੱਤਾ ਕੋਈ ਵੀ ਹੋਵੇ, ਉਸ ਨੂੰ ਕਰਦਿਆਂ ਹੀਨਤਾ ਮਹਿਸੂਸ ਨਹੀਂ ਕਰਨੀ ਚਾਹੀਦੀ। ਸਮਾਜ ਦੇ ਵਿਕਾਸ ਅਤੇ ਆਪਣੇ ਪਰਿਵਾਰ ਦੇ ਭਰਨ ਪੋਸ਼ਣ ਦੇ ਲਈ ਮਿਹਨਤ ਕਰਕੇ ਇਮਾਨਦਾਰੀ ਦੀ ਕਿਰਤ ਕਰਨੀ ਚਾਹੀਦੀ ਹੈ। ਗੁਰੂ ਜੀ ਦੇ ਅਨੁਸਾਰ ਮਨੁੱਖ ਪ੍ਰਭੂ ਭਗਤੀ ਦੇ ਨਾਲ ਸੱਚੀ ਕਿਰਤ ਕਰਦਾ ਹੋਇਆ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਗਰੀਬ ਅਤੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਕਬੂਲ ਕੀਤੀ। ਮਲਿਕ ਭਾਗੋ ਗਰੀਬ ਲੋਕਾਂ ਦਾ ਖੂਨ ਚੂਸ ਕੇ ਤਨ ਇਕੱਠਾ ਕਰਦਾ ਸੀ ਅਤੇ ਸਾਧੂ ਸੰਤਾਂ ਨੂੰ ਬ੍ਰਹਮ ਭੋਜ ਛਕਾਉਂਦਾ ਸੀ। ਗੁਰੂ ਜੀ ਨੇ ਮਲਿਕ ਭਾਗੋ ਦੇ ਬ੍ਰਹਮ ਭੋਜ ਦੇ ਕੀਮਤੀ ਪਕਵਾਨ ਖਾਣ ਤੋਂ ਨਾ ਕਰ ਦਿੱਤੀ ਅਤੇ ਉਸਨੂੰ ਨੇਕ ਕਮਾਈ ਕਰਨ ਦਾ ਉਪਦੇਸ਼ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।